ਕੀ ਮਾਮਲਾ ਕੀ ਹੈ? ਧੁੱਪੇ ਬੈਠਣਾ ਸਾਡਾ ਸ਼ੌਂਕ ਨਹੀਂ ਹੈਗਾ, ਸਾਡੀ ਮਜ਼ਬੂਰੀ ਹੈ। ਪਿਛਲੇ 20 ਫਰਵਰੀ ਨੂੰ ਈਸੀ ਦਫ਼ਤਰ ਦੇ ਵਿੱਚ ਸਮਝੌਤਾ ਹੋਇਆ ਸੀਗਾ ਸਾਡਾ 31 ਮਾਰਚ ਨੂੰ ਵੀ ਪੇਮੈਂਟਾਂ ਸਾਰੀਆਂ ਕਲੀਅਰ ਹੋ ਜਾਣਗੀਆਂ। ਅੱਜ ਅਸੀਂ ਇਸ ਤੋਂ ਪਹਿਲਾਂ ਦਾਣਾ ਮੰਡੀ ਦੇ ਵਿੱਚ ਵੀ ਮੀਟਿੰਗ ਕੀਤੀ, ਫਿਰ ਉੱਥੇ ਸਾਰਿਆਂ ਨੇ ਇਹ ਵਿਚਾਰ ਕੀਤਾ ਵੀ ਉੱਥੇ CM ਸਾਹਿਬ ਦੇ OSD ਨੇ ਅਹੰਕਾਰ ਸਿੰਘ ਵੀ ਉਹਨਾਂ ਨੂੰ ਆਪਾਂ ਜਾ ਕੇ ਮਿਲ ਕੇ ਆਈਏ, ਅਤੇ ਜਦੋਂ ਆ ਕੇ ਮਿਲਦਿਆਂ ਇੱਥੇ ਅਗਾਂਹ ਫੋਰਸ ਲੱਗੀ ਹੋਈ ਸੀ, ਸਾਨੂੰ ਅਜੇ ਤੱਕ ਅੰਦਰ ਕੋਈ ਵੜਨ ਨਹੀਂ ਦਿੱਤਾ, ਨਾ ਕੋਈ ਸੁਨੇਹੇ ਆਉਂਦੇ ਨੇ। ਅਸੀਂ ਤਾਂ ਇਹੀ ਕਹਿੰਦੇ ਵੀ ਸਾਡੀਆਂ ਪੇਮੈਂਟਾਂ ਦਵਾਓ, ਅਸੀਂ ਧੁੱਪੇ ਕਸ ਤੋਂ ਬੈਠਾਂਗੇ। ਅਗਲਾ ਸੰਘਰਸ਼ ਕੀ ਹੋਏਗਾ? ਅਗਲਾ ਸੰਘਰਸ਼ ਅਸੀਂ ਦੇਖ ਰਹੇ ਹਾਂ, ਵਿਚਾਰ ਕਰ ਰਹੇ ਹਾਂ। ਜੇ ਸਰਕਾਰ ਸਾਨੂੰ ਪੈਸੇ ਦਵਾਉਂਦੀ ਹੈ ਫਿਰ ਅਸੀਂ ਆਪੋ ਆਪਦੇ ਕੰਮ ਸਾਂਭੀਏ, ਕਿਉਂਕਿ ਕਣਕ ਦਾ ਸੀਜ਼ਨ, ਸਰ੍ਹੋਂ ਦਾ ਸੀਜ਼ਨ ਹੈ, ਉਹਨਾਂ ਨੂੰ ਜਾ ਕੇ ਸਾਂਭੀਏ। ਅਸੀਂ ਇੱਥੇ ਸਾਡੀ ਬੈਠਣਾ ਮਜਬੂਰੀ ਹੋਈ ਪਈ ਹੈ ਵੀ ਜੇ ਸਾਡੇ ਕੋਲ ਪੇਮੈਂਟਾਂ, ਇੱਕ ਰੱਬ ਨੇ ਸਾਨੂੰ ਮਾਰ ਕਰਤੀ, ਕਣਕਾਂ ਸਾਰੀਆਂ ਨੀਚੇ ਛਿੜਤੀਆਂ, ਉਹਦੇ ਵਿੱਚ ਝਾੜ ਪਿਛਲੇ ਸਾਲ ਨਾਲੋਂ ਵੀ ਘਟਣ ਦੀ ਆਸਾਰ ਨੇ ਵੀ। ਦੂਸਰੇ ਪਾਸੇ ਸਾਨੂੰ 3 ਮਹੀਨੇ ਹੋ ਗਏ, 4 ਮਹੀਨੇ ਹੋ ਗਏ ਗੰਨੇ ਦੀ ਫਸਲ ਛਿੱਟੀ ਨੂੰ, ਉਹਦੀ ਸਾਨੂੰ ਪੇਮੈਂਟ ਨਹੀਂ ਪੈ ਰਹੀ। ਸਾਡੀ ਸਰਕਾਰ ਤੋਂ ਅਸੀਂ ਤਾਂ ਇਹੀ ਆਸ ਕਰਦੇ ਹਾਂ, ਬੇਨਤੀ ਵੀ ਕਰਦੇ ਹਾਂ ਵੀ ਸਾਡੀਆਂ ਪੇਮੈਂਟਾਂ ਪਵਾਓ, ਅਸੀਂ ਆਪਣੇ ਘਰ ਨੂੰ ਜਾਈਏ। ਅੱਜ ਅਸੀਂ ਸਰੂਪ ਮਾਮਲਾ ਤਾਂ ਜੀ ਉਹੀ ਗੰਨੇ ਦੀ ਪੇਮੈਂਟ ਦਾ ਮਾਮਲਾ, ਜਿਹੜਾ ਪਹਿਲਾਂ ਕਈ ਸਾਲਾਂ ਤੋਂ ਚੱਲਦਾ ਆਉਂਦਾ ਉਵੇਂ ਹੀ ਲਮਕਦਾ, ਮੁੜ ਕੇ ਫਿਰ ਪੇਮੈਂਟਾਂ ਬੰਦ ਨੇ। ਕਿੰਨੀ ਪੇਮੈਂਟ ਰਹੀ ਤੁਹਾਡੀ? ਤਕਰੀਬਨ 20 ਕਰੋੜ ਤੋਂ ਪਲੱਸ ਹੀ ਆ ਜੀ। ਤੁਸੀਂ ਪਿਛਲੀ ਵਾਰ ਵੀ ਧਰਨਾ ਲਗਾਇਆ ਸੀ, ਕੀ ਉਸ ਧਰਨੇ ਨੂੰ ਚੱਕਿਆ ਗਿਆ? ਪਿਛਲੀ ਵਾਰੀ ਮਾਮਲਾ ਅੱਜ ਤੋਂ 10-15 ਦਿਨ ਪਹਿਲਾਂ ਹੀ ਇੱਥੇ OSD ਸਾਹਿਬ ਨੇ ਸਾਡੀ ਇਹਨਾਂ ਨਾਲ ਮੀਟਿੰਗ ਕਰਾ ਕੇ, ਜਿਹਦੇ 'ਚ ਵਿੱਚ SDM ਸਾਹਿਬ ਪੈ ਕੇ ਅਤੇ ਪ੍ਰਸ਼ਾਸਨ ਵੀ ਵਿੱਚ ਬੈਠਾ ਸੀ, ਇਹਨਾਂ ਨੇ 31 ਮਾਰਚ ਤੱਕ ਸਾਨੂੰ ਕਹਿਤਾ ਸੀ ਵੀ 31 ਮਾਰਚ ਨੂੰ ਤੁਹਾਡੀ ਸਾਰੀ ਪੇਮੈਂਟ ਆ ਜਿਹੜੀ ਉਹ ਕਲੀਅਰ ਹੋ ਜੂ, ਵੀ ਅਸੀਂ ਕੇਨ ਕਮਿਸ਼ਨਰ ਸਾਹਿਬ ਨੂੰ ਕਹਿ ਕੇ ਤੁਹਾਡੀਆਂ ਸਾਰੀਆਂ ਪੇਮੈਂਟਾਂ ਪਵਾ ਦਿਆਂਗੇ। ਪਰ ਉਹਦੇ 'ਚ ਜਮਾਂ ਹੀ ਕੋਈ ਮੱਲਾ ਟੱਸ ਤੋਂ ਮੱਸ ਨਹੀਂ ਹੋਈ, ਨਾ ਪੇਮੈਂਟਾਂ ਪਈਆਂ ਨੇ, ਨਾ ਮੁੜ ਕੇ ਪ੍ਰਸ਼ਾਸਨ ਨੇ ਅਤੇ ਮੰਨ ਲਓ ਇਹਨਾਂ ਨੇ OSD ਸਾਹਿਬ ਨੇ ਵੀ ਮੁੜ ਕੇ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ, ਹਾਲਾਂਕਿ ਸਾਡਾ ਦੋਹਰਾ ਨੁਕਸਾਨ ਹੋ ਗਿਆ ਸਾਡੇ ਏਰੀਏ 'ਚ, ਮੰਨ ਲਓ ਬਾਰਿਸ਼ਾਂ ਇੰਨੀਆਂ ਪੈ ਗਈਆਂ, ਕਣਕਾਂ ਦਾ ਵੀ ਨੁਕਸਾਨ ਹੋ ਗਿਆ, ਇੱਧਰੋਂ ਇਹਨਾਂ ਨੇ ਪੈਸੇ ਨਹੀਂ ਦਿੱਤੇ, ਪਰ ਸਰਕਾਰ ਸੁੱਤੀ ਪਈ ਆ।